ਸ੍ਰੀਕਾਲ ਜੀ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ, ਅਤੇ ਅਸੀਂ ਅੱਜ ਫਿਰ ਆਪਣੇ ਇੱਕ ਹੋਰ ਨਵੇਂ ਸਟੂਡੈਂਟ ਦੇ ਨਾਲ ਇੰਟਰਵਿਊ ਲੈ ਕੇ ਆਏ ਹਾਂ, ਜਿਹੜੇ ਅੱਜ ਹੀ ਪਾਸ ਹੋਏ ਨੇ। ਆ ਉਹਨਾਂ ਦੀ ਫਾਈਲ ਆ, ਅਤੇ ਇਹਨੇ ਮੇਰੇ ਸਟੂਡੈਂਟ ਖੁੰਦੀ ਤੋਂ ਸਿਆਬ, ਅਤੇ ਇਹਨਾਂ ਨੂੰ ਪਹਿਲਾਂ ਸਾਡੇ ਸਾਰੇ ਸਟਾਫ ਵੱਲੋਂ, ਨੀਟੇ ਵੀਰ ਵੱਲੋਂ ਅਤੇ ਸਾਡੇ ਸਾਰੇ ਸਟਾਫ ਵੱਲੋਂ ਅਤੇ ਦਾਸ ਵੱਲੋਂ ਕੰਗਰੈਚੁਲੇਸ਼ਨਸ, ਬਹੁਤ ਬਹੁਤ ਤੁਹਾਨੂੰ ਵਧਾਈਆਂ ਹੋਣ। ਅਤੇ ਅੱਜ ਹੁਣੇ ਹੁਣੇ ਪਾਸ ਹੋ ਕੇ ਨਿਕਲੇ ਨੇ ਬਾਹਰ, ਅਤੇ ਇਹਨਾਂ ਦੀ ਕੋਈ ਖੁਸ਼ੀ ਦਾ, ਇਹਨਾਂ ਦੀ ਜਿਹੜੀ ਖੁਸ਼ੀ ਚਿਹਰੇ ਤੋਂ ਝਲਕ ਰਹੀ ਆ, ਕੋਈ ਟਿਕਾਣਾ ਨਹੀਂ ਲੱਗ ਰਿਹਾ। ਕਿਵੇਂ ਦਾ ਮਹਿਸੂਸ ਹੋ ਰਿਹਾ ਸਾਹਿਬ ਅੱਜ ਤੁਹਾਨੂੰ ਪਾਸ ਹੋ ਕੇ? ਅੱਜ ਬਹੁਤ ਵਧੀਆ ਮੈਨੂੰ ਲੱਗ ਰਿਹਾ। ਠੀਕ ਹੈ ਜੀ, ਅਤੇ ਲੱਗ ਰਿਹਾ ਅੱਜ ਮੈਂ ਪਾਸ ਹੋ ਗਿਆ, ਮੈਨੂੰ ਸਮਝ ਨਹੀਂ ਆ ਰਹੀ ਕਿਆ ਵੀ ਖੁਸ਼ੀ ਇੰਨੀ ਆ ਕਿ ਜਿਹੜੇ ਬੋਲ ਉਹਨਾਂ ਕੋਲ ਨਿਕਲ ਨਹੀਂ ਰਹੇ ਹੈਗੇ। ਅਤੇ ਤੁਹਾਡਾ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਥੈਂਕਸ। ਅਸੀਂ ਮਾਸਟਰਾਂ ਦੀ ਸਰਾਂ ਦੀ ਇੰਨੀ ਇੱਜ਼ਤ ਕਰਦੇ ਜੇ। ਸੋ ਸਾਡਾ ਮਕਸਦ ਵੀ ਇਹੀ ਹੁੰਦਾ ਆ ਕਿ ਜਿਹੜਾ ਸਟੂਡੈਂਟ ਸਾਡੇ ਨਾਲ ਸਾਡੇ ਕੋਲ ਪੜ੍ਹ ਰਹੇ ਆ, ਕਿ ਅਸੀਂ ਉਹਨਾਂ ਨੂੰ ਵਧੀਆ ਟਿਊਸ਼ਨ ਦਈਏ, ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਪੜ੍ਹਾਈਏ ਕਿ ਉਹ ਪਾਸ ਹੋ ਸਕਣ। ਸੋ ਜਿੰਨੇ ਹੋਰ ਵੀ ਸਾਡੇ ਸਟੂਡੈਂਟ ਜਿਹੜੇ ਸਾਡੇ ਕੋਲ ਕਲਾਸਾਂ ਲਗਾ ਰਹੇ ਨੇ ਜਾਂ ਔਨਲਾਈਨ ਪੜ੍ਹ ਰਹੇ ਨੇ, ਨੀਟ ਐਂਡ ਬ੍ਰਦਰਸ ਐਪਲੀਕੇਸ਼ਨ ਆ ਸਾਡੀ, ਤੁਸੀਂ ਡਾਊਨਲੋਡ ਕਰੋ ਉਹਨੂੰ। ਉਹਦੇ ਉੱਪਰ ਅਸੀਂ ਫ੍ਰੀ ਡੈਮੋ ਦਿੱਤੀ ਹੋਈ ਆ, ਜਿਹੜੀ ਤੁਸੀਂ ਦੇਖ ਸਕਦੇ ਕਿਵੇਂ ਪੜ੍ਹਾਇਆ ਜਾਂਦਾ ਸਾਡੇ ਵੱਲੋਂ। ਅਤੇ ਤੁਹਾਨੂੰ ਘਰ ਬੈਠ ਕੇ ਤੁਸੀਂ ਪੜ੍ਹੇ, ਵੈਸੇ ਸਕੂਲ ਵੀ ਜਾਂਦੇ ਤੁਸੀਂ? ਸਕੂਲ ਹੀ ਜਾਂਦਾ, ਘਰ ਵੀ ਮੇਰੇ ਪੜ੍ਹਿਆ। ਅਤੇ ਤੁਹਾਨੂੰ ਜਿਹੜੀ ਲੈਂਗੁਏਜ ਦੀ ਕੋਈ ਡਿਫੀਕਲਟੀ ਆਈ, ਵੀ ਲੈਂਗੁਏਜ ਹੋਣੀ ਜ਼ਰੂਰੀ ਆ ਲਾਈਸੈਂਸ ਦੇ ਵਿੱਚ ਜਾਂ ਕਿਵੇਂ ਆ? ਹੋਣੀ ਚਾਹੀਦੀ ਲੈਂਗੁਏਜ, ਉਹ ਤਾਂ ਬੜੀ ਚੀਜ਼ ਹੈ। ਓਕੇ, ਮਤਲਬ ਇਹ ਆ ਵੀ ਜਿਹਨੂੰ ਨਹੀਂ ਵੀ ਆਉਂਦੀ ਹੈਗੀ ਉਹ ਵੀ ਬੰਦੇ ਨੂੰ ਥੋੜ੍ਹੀ ਸਹੀ ਤਰੀਕੇ ਦੇ ਨਾਲ ਕਰ ਸਕਦਾ ਹੈ। ਓਕੇ ਓਕੇ, ਤੁਸੀਂ ਸਕੂਲੇ ਪੜ੍ਹੇ ਆ, ਠੀਕ ਆ ਜੀ, ਅਤੇ ਥੋੜ੍ਹਾ ਈਜ਼ਲੀ ਹੋ ਗਿਆ। ਅਤੇ ਸਾਡੇ ਵੱਲੋਂ ਸਾਰਿਆਂ ਨੂੰ, ਉਹਨਾਂ ਨੂੰ ਵੀ ਇਹੀ ਸੁਨੇਹਾ ਆ ਕਿ ਜਿਹੜੇ ਕਹਿੰਦੇ ਵੀ ਸਾਡੇ ਕੋਲ ਨਹੀਂ ਲਾਇਸੈਂਸ ਕੀਤਾ ਜਾ ਸਕਦਾ, ਸੋ ਕੋਈ ਡਿਫੀਕਲਟ ਨਹੀਂ ਹੈਗਾ ਆ, ਤੁਸੀਂ ਸਾਡੇ ਨਾਲ ਜੁੜੋਗੇ ਅਤੇ ਤੁਹਾਨੂੰ ਹੋਰ ਵੀ ਜਿਹੜਾ ਸਾਡੀ ਹੈਲਪ ਲੈ ਕੇ, ਸਾਡੀ ਵੈਬਸਾਈਟ ਦੀ ਹੈਲਪ ਲੈ ਕੇ ਵਧੀਆ ਤਰੀਕੇ ਨਾਲ, ਆਸਾਨ ਤਰੀਕੇ ਨਾਲ ਜਿਹੜਾ ਲਾਇਸੈਂਸ ਕਰ ਸਕਦੇ ਹਾਂ, ਬੀ ਲਾਇਸੈਂਸ, ਸੀ ਦੀ ਥਿਊਰੀ ਕਰ ਸਕਦੇ, ਜੋ ਚੀਕੂ ਚੀ ਦੀ ਜਿਹੜੀ ਤੁਸੀਂ ਕਰ ਸਕਦੇ ਜੇ ਤਿਆਰੀ ਘਰੇ ਬੈਠ ਕੇ। ਸੋ ਇੱਕ ਵਾਰੀ ਫਿਰ ਸਾਡੇ ਸਾਰੇ ਸਟਾਫ ਵੱਲੋਂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਹੋਣ। ਅਤੇ ਅੱਜ ਅਸੀਂ ਆਪਣੇ ਹੋਰ ਵਧੀਆ ਸਟੂਡੈਂਟ ਦੇ ਨਾਲ ਮਿਲਾਉਣ ਲੱਗੇ ਹਾਂ, ਜਿਹੜੇ ਅਜੇ ਸਾਡੇ ਕੋਲ ਪੜ੍ਹ ਰਹੇ ਨੇ, ਸਟੱਡੀ ਕਰ ਰਹੇ ਨੇ, ਅਤੇ ਉਹਨਾਂ ਦਾ ਨਾਮ ਆ ਬਿਲਾਵਲ। ਹੋਰ ਜੀ ਬਿਲਾਵਲ, ਕੀ ਹਾਲ ਨੇ? ਠੀਕ ਠਾਕ ਜੀ? ਸਾਡੀ ਠੀਕ ਠਾਕ। ਅੱਜ ਤੁਹਾਡਾ ਦੋਸਤ ਪਾਸ ਹੋਇਆ, ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਸਰ ਜੀ, ਖੁਸ਼ੀ ਤਾਂ ਬਹੁਤ ਹੋ ਰਹੀ ਹੈ। ਠੀਕ ਹੈ ਜੀ। ਅਤੇ ਅਗਲੇ ਜਿਹੜੀ ਇੰਟਰਵਿਊ ਆ ਉਹ ਸਾਡੇ ਛੋਟੇ ਵੀਰ ਬਿਲਾਵਲ ਦੇ ਨਾਲ ਹੋਵੇਗੀ, ਅਤੇ ਕਿਵੇਂ ਦੀ ਤੁਹਾਡੀ ਤਿਆਰੀ ਚੱਲ ਰਹੀ ਆ? ਸਰ ਜੀ, ਤਿਆਰੀ ਠੀਕ ਹੈ ਅਲਹਮਦੁਲਿਲਾ। ਤੁਹਾਡੀ ਵੈਬਸਾਈਟ 'ਤੇ ਸਾਡੇ ਲੋਕ ਸੋਚਦੇ ਨੇ ਸ਼ਾਇਦ ਜ਼ੁਬਾਨ ਦੀ ਕੋਈ ਪ੍ਰੋਬਲਮ ਹੈ ਤੇ ਫਿਰ ਨਹੀਂ ਕਰ ਸਕਦੇ ਆਪਾਂ, ਕਿਉਂਕਿ ਉਹ ਇੰਨਾ ਈਜ਼ੀਲੀ ਸਮਝਾਇਆ ਗਿਆ ਵੈਬਸਾਈਟ 'ਤੇ, ਚਾਰ ਬੰਦਾ ਪੜ੍ਹ ਸਕਦਾ, ਜਿਹਨੂੰ ਬੋਲੀ ਨਹੀਂ ਆਉਂਦੀ ਉਹ ਵੀ ਪੜ੍ਹ ਸਕਦਾ। ਓਕੇ 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 ਓਕੇ, ਚਲੋ ਬਹੁਤ ਵਧੀਆ। ਅਤੇ ਤੁਸੀਂ ਵੀ ਆਪਣੇ ਜਿਹੜਾ ਤੁਹਾਡਾ ਟੈਸਟ ਆ ਥੋੜ੍ਹੇ ਦੇਰ ਤੱਕ, ਅਤੇ ਤੁਹਾਡੇ ਨਾਲ ਵੀ ਨੈਕਸਟ ਵੀਡੀਓ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਓਕੇ, ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਓਕੇ।